ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਵਿਕਟਰੀ ਵੇ ਪੰਜਾਬ ਦੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਆਪਾਂ ਜਿਹੜੀ MCQ ਸੀਰੀਜ਼ ਹੈ ਸਟਾਰਟ ਕੀਤੀ ਹੋਈ ਹੈ। ਪਹਿਲਾਂ ਇਸ ਤੋਂ ਪਹਿਲਾਂ ਜਿਹੜੀਆਂ ਸਿਲੇਬਸ ਦੀਆਂ ਕਲਾਸਾਂ ਬੱਚੇ ਉਹ ਆਪਾਂ ਲਗਾ ਚੁੱਕੇ ਹਾਂ। ਅੱਜ ਆਪਣੀ ਥਰਡ ਨੰਬਰ ਕਲਾਸ ਹੈ। ਸੋ ਜਿਹੜੇ ਵੀ ਬੱਚਿਆਂ ਨੇ ਪਹਿਲਾਂ ਤਾਂ ਪਹਿਲੀਆਂ ਜਿਹੜੀਆਂ ਦੋ ਕਲਾਸਾਂ ਨਹੀਂ ਦੇਖੀਆਂ, ਉਹ ਬੱਚੇ ਪਹਿਲਾਂ ਉਹ ਦੋ ਕਲਾਸਾਂ ਜ਼ਰੂਰ ਦੇਖ ਲੈਣ, ਫਿਰ ਇਸ ਕਲਾਸ ਨੂੰ ਜ਼ਰੂਰ ਲਾਉਣ। ਥਰਡ ਨੰਬਰ ਕਲਾਸ ਅੱਜ ਆਪਾਂ ਲਗਾਉਣ ਜਾ ਰਹੇ ਹਾਂ। ਜਿਹੜੇ ਵੀ ਬੱਚੇ ਅੱਜ ਇਸ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਨੇ, ਉਹ ਬੱਚੇ ਟੈਲੀਗ੍ਰਾਮ ਗਰੁੱਪ ਨੂੰ ਸਾਡੇ ਨੂੰ ਜੁਆਇਨ ਕਰ ਸਕਦੇ ਨੇ ਵਿਕਟਰੀ ਵੇ ਪੰਜਾਬ ਤੇ। ਟੈਲੀਗ੍ਰਾਮ ਗਰੁੱਪ ਦਾ ਜਿਹੜਾ ਲਿੰਕ ਹੈ ਬੱਚੇ, ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਸੋ ਸਾਰੇ ਬੱਚੇ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਤੇ ਲਿੰਕ ਤੇ ਜਾ ਕੇ ਟੈਲੀਗ੍ਰਾਮ ਗਰੁੱਪ ਨੂੰ ਬੱਚੇ ਜੁਆਇਨ ਕਰ ਲਓ। ਸਟਾਰਟ ਕਰਦੇ ਹਾਂ ਜੀ। ਅੱਜ ਦਾ ਆਪਣਾ ਪਹਿਲਾ ਜਿਹੜਾ ਪ੍ਰਸ਼ਨ ਹੈ ਜੀ, ਉਹ ਹੈ ਅਸ਼ਕੇ, ਤੁਸੀਂ ਮੈਚ ਜਿੱਤਿਆ, ਇਹ ਕਿਸ ਪ੍ਰਕਾਰ ਦਾ ਵਾਕ ਹੈ? ਵਾਕ ਦੱਸਣਾ ਬੱਚੇ, ਕਿਸ ਪ੍ਰਕਾਰ ਦਾ ਵਾ? ਸੰਬੋਧਨੀ ਵਿਸਮਿਕ ਹੈ, ਪ੍ਰਸ਼ਨਵਾਚਕ ਵਿਸਮਿਕ ਹੈ, ਹੈਰਾਨੀਜਨਕ ਵਿਸਮਿਕ ਹੈ ਜਾਂ ਸੂਚਨਾਜਨਕ ਵਿਸਮਿਕ ਹੈ? ਇਹ ਆਪਣੇ ਕੋਲ ਕੀ ਹੈ ਜੀ? ਪ੍ਰਸ਼ੰਸਾਵਾਚਕ ਵਿਸਮਿਕ ਦਾ ਜਿਹੜਾ ਜੀ ਵਾਕ ਉਹ ਹੈਗਾ ਵਾ, ਜਿਹਦੇ ਵਿੱਚ ਖੁਸ਼ੀ ਦੇ ਭਾਵ ਕੀ ਆ ਪ੍ਰਗਟ ਕੀਤੇ ਜਾਂਦੇ ਆ, ਉਹਨਾਂ ਨੂੰ ਕੀ ਕਹਿ ਦਿੰਦੇ ਆ ਜੀ? ਪ੍ਰਸ਼ੰਸਾਵਾਚਕ ਵਿਸਮਿਕ ਕਹਿ ਦਿੰਦੇ ਆ। ਸੰਬੋਧਨ ਵਾਚਕ ਵਿਸਮਿਕ ਕਿਹੜਾ ਹੁੰਦਾ ਬੱਚੇ? ਜਿਹਦੇ ਚ ਕਿਸੇ ਗੱਲ ਨੂੰ ਕੀ ਆ ਕਿਸੇ ਨੂੰ ਸੰਬੋਧਨ ਕਰਕੇ ਗਈ ਜਾਵੇ, ਜਿਵੇਂ ਆਪਾਂ ਕਹਿ ਦਿੰਦੇ ਆ ਓਏ ਮੁੰਡਿਓ, ਤੁਸੀਂ ਕਿੱਥੇ ਜਾ ਰਹੇ ਹੋ, ਜਾਂ ਨੀ ਕੁੜੀਏ, ਇੱਦਾਂ ਦੇ ਜਿਹੜੇ ਸ਼ਬਦ ਆ ਉਹ ਬੱਚੇ ਆਪਾਂ ਕੀ ਵਿਸਮਿਕ ਦੇ ਵਿੱਚ ਜਿਹੜੇ ਆ ਉਹ ਵਰਤਦੇ ਆ ਸੰਬੋਧਨੀ ਵਿਸਮਿਕ ਦੇ ਵਿੱਚ। ਤੇ ਹੈਰਾਨੀਜਨਕ ਵਿਸਮਿਕ ਦੇ ਵਿੱਚ ਫਿਰ ਕਿਹੜੇ ਹੋਣਗੇ? ਜਿਹੜੇ ਹੈਰਾਨੀ ਦੇ ਭਾਵ ਪ੍ਰਗਟ ਕਰਦੇ ਆ ਉਹਨਾਂ ਨੂੰ ਕੀ ਕਹਿ ਦਿੰਦੇ ਆ ਜੀ? ਹੈਰਾਨੀਜਨਕ ਵਿਸਮਿਕ ਕਹਿ ਦਿੰਦੇ ਆ। ਜਿਵੇਂ ਆਪਾਂ ਸ਼ਬਦ ਬੋਲਦੇ ਆ ਨਾ ਹੈ ਹੈ, ਇਹ ਜਿਹੜੇ ਸ਼ਬਦ ਆਪਣੇ ਕੋਲੇ ਕੀ ਆ ਬੱਚੇ ਹੈਰਾਨੀ ਦੇ ਭਾਵ ਨੂੰ ਪ੍ਰਗਟ ਕਰਦੇ ਆ, ਉਹਨੂੰ ਕੀ ਕਹਿ ਦਿੰਦੇ ਆ ਜੀ? ਹੈਰਾਨੀਜਨਕ ਵਿਸਮਿਕ ਕਹਿ ਦਿੰਦੇ ਆ, ਠੀਕ ਹੈ ਜੀ। ਸੂਚਨਾਜਨਕ ਵਿਸਮਿਕ ਦੇ ਵਿੱਚ ਕਿਸੇ ਨੂੰ ਆਪਾਂ ਕੀ ਦਿੰਦੇ ਆ ਜੀ? ਸੂਚਨਾ ਦਿੰਦੇ ਆ, ਉਹਨੂੰ ਕੀ ਕਹਿ ਦਿੰਦੇ ਆ ਜੀ? ਸੂਚਨਾ ਵਾਚਕ ਵਿਸਮਿਕ ਜਿਹੜਾ ਉਹ ਆਪਾਂ ਕਹਿ ਦਿੰਦੇ ਆ। ਇੱਥੇ ਆਪਾਂ ਨੂੰ ਕੀ ਪੁੱਛਿਆ ਗਿਆ ਸੀ? ਇੱਥੇ ਜਿਹੜਾ ਆਪਣਾ ਆਂਸਰ ਉਹ ਸੈਕਿੰਡ ਆ, ਬਿਲਕੁਲ ਰਾਈਟ ਆਂਸਰ ਆ। ਇਹ ਆਪਣੇ ਕੋਲੇ ਕੀ ਆ ਜੀ? ਪ੍ਰਸ਼ੰਸਾ ਵਾਚਕ ਵਿਸਮਿਕ ਦਾ ਵਾਕ ਸੀ। ਅੱਗੇ ਚੱਲਦੇ ਆ ਜੀ। ਵਾਕ ਨੂੰ ਲਿਖਣ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ, ਅਜਿਹੀ ਸਥਿਤੀ ਵਿੱਚ ਕਿਸ ਕਿਸਮ ਦੇ ਚਿੰਨ੍ਹ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ? ਜਿਸ ਸਥਾਨ ਤੇ ਕੀ ਆ ਰੁਕਣਾ ਪਵੇ ਉਹਨੂੰ ਕੀ ਕਹਿੰਦੇ ਆ ਜੀ? ਦੱਸਣਾ ਤੁਸੀਂ, ਉੱਥੇ ਡੰਡੀ ਵਰਤੀ ਜਾਂਦੀ ਆ, ਜਾਂ ਬਿੰਦੀ ਵਰਤੀ ਜਾਂਦੀ ਆ, ਜਾਂ ਕੋਮਾ ਵਰਤਿਆ ਜਾਂਦਾ, ਜਾਂ ਦੋ ਬਿੰਦੀ ਵਰਤੀ ਜਾਂਦੀ ਆ? ਇੱਥੇ ਆਪਣੇ ਕੋਲੇ ਕੀ ਆ ਜੀ? ਜਦੋਂ ਆਪਾਂ ਰੁਕਣਾ ਹੋਵੇ ਉੱਥੇ ਕੀ ਵਰਤਿਆ ਜਾਂਦਾ? ਕੋਮਾ ਵਰਤਿਆ ਜਾਂਦਾ ਵਾ। ਜਿਵੇਂ ਮੈਂ ਕਹਿ ਦਾਂ ਕਿ ਉਹ ਆਦਮੀ ਨਲਾਇਕ ਨਲਾਇਕ, ਠੀਕ ਹੈ, ਨਲਾਇਕ ਆਲਸੀ ਕੌਮਾ ਆਲਸੀ, ਠੀਕ ਹੈ, ਕੌਮਾ ਹੁਸ਼ਿਆਰ, ਠੀਕ ਹੈ, ਹੈ। ਜਿੱਥੇ ਵੀ ਆਪਾਂ ਕੀ ਰੁਕਣਾ ਹੁੰਦਾ ਥੋੜ੍ਹਾ ਜਿਹਾ, ਉੱਥੇ ਆਪਾਂ ਕੀ ਕਰਦੇ ਹਾਂ ਜੀ? ਕੌਮੇ ਦੀ ਜਿਹੜੀ ਬੱਚੇ ਆ ਉਹ ਵਰਤੋਂ ਕਰਦੇ ਆ, ਠੀਕ ਹੈ ਜੀ। ਕੌਮੇ ਨੂੰ ਆਪਾਂ ਹੋਰ ਕਿਸ ਨਾਮ ਨਾਲ ਜਾਣਦੇ ਹਾਂ ਜੀ? ਇਹਨੂੰ ਅਲਪ ਵਿਰਾਮ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਡੰਡੀ ਨੂੰ ਕਹਿ ਦਿੰਦੇ ਆ ਜੀ ਪੂਰਨ ਪੂਰਨ ਵਿਰਾਮ ਚਿੰਨ, ਓਕੇ ਬੱਚੇ। ਅੱਗੇ ਹੈ ਜੀ, ਕਿਸੇ ਵਾਕ ਨੂੰ ਹੋਰ ਸਪਸ਼ਟ ਕਰਨ ਲਈ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਦੱਸਣਾ ਬੱਚੇ, ਬ੍ਰੈਕਟ ਦੀ, ਕੌਮੇ ਦੀ, ਪੁੱਠੇ ਕੌਮੇ ਦੀ, ਜਾਂ ਡੈਸ਼ ਦੀ?
ਆਪਾਂ ਕਿਸੇ ਵੀ ਵਾਕ ਨੂੰ ਸਪਸ਼ਟ ਕਰਨ ਦੇ ਲਈ ਕਿਹਦੀ ਵਰਤੋਂ ਕਰਦੇ ਹਾਂ ਬੱਚੇ? ਬ੍ਰੈਕਿਟ ਦੀ ਵਰਤੋਂ ਕਰਦੇ ਹਾਂ, ਜਿਵੇਂ ਜਿਵੇਂ ਕੁਛ ਵੀ ਆਪਾਂ ਸ਼ਬਦ ਯੂਜ ਕਰਦੇ ਹਾਂ ਨਾ, ਤੇ ਉਹਦੇ ਨਾਲ ਆਪਾਂ ਜਿਵੇਂ ਵਿਸ਼ੇਸ਼ ਸ਼ਬਦ ਹੁੰਦਾ ਵਾ, ਕਿਸੇ ਵੀ ਵਿਸ਼ੇਸ਼ ਦੇ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦੱਸਣ ਵਾਸਤੇ ਹੈ ਨਾ, ਵਿਸ਼ੇਸ਼ਣ ਭਾਵ ਕਿਸੇ ਨਾਮ, ਕੌਮਾ, ਪੜਨਾਮ। ਇਹ ਕੀ ਆ ਜੀ ਆਪਣੇ ਕੋਲ ਕੀ ਨੇ, ਕਿਸੇ ਵੀ ਜਿਹੜੇ ਆਪਾਂ ਸ਼ਬਦ ਨੂੰ ਹੋਰ ਸਪਸ਼ਟ ਕਰਨ ਦੇ ਲਈ ਜਦੋਂ ਆਪਾਂ ਨਾਲ ਬ੍ਰੈਕਿਟ ਦੇ ਵਿੱਚ ਕੁਛ ਪਾ ਲੈਂਦੇ ਹਾਂ ਉਹਨੂੰ ਕੀ ਕਹਿ ਦਿੰਦੇ ਹਾਂ ਜੀ? ਆਪਾਂ ਬ੍ਰੈਕਿਟ ਉੱਤੇ ਜਿਹੜੀ ਆ ਉਹ ਯੂਜ ਕਰਦੇ ਹਾਂ, ਠੀਕ ਹੈ ਜੀ। ਪੁੱਠੇ ਕੌਮੇ ਕਿੱਥੇ, ਜਿਹੜੀ ਆਪਾਂ ਕੋਈ ਵੀ ਗੱਲ ਜਿਉਂ ਦੀ ਤਿਉਂ ਕਹਿਣੀ ਹੋਵੇ ਉੱਥੇ ਆਪਾਂ ਪੁੱਠੇ ਕੌਮੇ ਯੂਜ ਕਰ ਲੈਂਦੇ ਹਾਂ। ਕੌਮਾ ਆਪਾਂ ਪੜ੍ਹਿਆ ਜੀ, ਕੌਮਾ ਕਿੱਥੇ ਯੂਜ ਕਰਦੇ ਹਾਂ, ਜਿੱਥੇ ਥੋੜ੍ਹਾ ਠਹਿਰਾਓ ਦੇਣਾ ਹੋਵੇ। ਤੇ ਡੈਸ਼, ਡੈਸ਼ ਆਪਾਂ ਇੱਦਾਂ ਕਰਕੇ ਸਮਾਸੀ ਸ਼ਬਦਾਂ ਵਿੱਚ ਯੂਜ ਕਰਦੇ ਹਾਂ, ਤੁਹਾਨੂੰ ਪਤਾ ਹੋਏਗਾ। ਜਿਵੇਂ ਆਪਾਂ ਲਿਖ ਦਿੰਦੇ ਹਾਂ ਜੀ ਸੁੱਖ ਤੇ ਦੁੱਖ, ਠੀਕ ਹੈ ਜੀ, ਉੱਥੇ ਕੀ ਵਰਤਦੇ ਹਾਂ ਜੀ ਆਪਾਂ ਡੈਸ਼ ਦਾ, ਡੈਸ਼ ਦੀ ਜਿਹੜੀ ਆ ਉਹ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕਰਦੇ ਹਾਂ। ਇੱਥੇ ਆਪਣਾ ਰਾਈਟ ਆਂਸਰ ਊੜਾ ਸੀ, ਠੀਕ ਹੈ ਜੀ। ਇੱਥੇ ਆਪਾਂ ਕੀ ਆ ਬ੍ਰੈਕਿਟ ਦੀ ਵਰਤੋਂ ਕਰਦੇ ਹਾਂ ਜਿੱਥੇ ਆਪਾਂ ਕਿਸੇ ਵਾਕ ਨੂੰ ਸਪਸ਼ਟ ਕਰਕੇ ਕੀ ਆ ਦੱਸਣਾ ਹੋਵੇ। ਅੱਗੇ ਹੈ ਜੀ ਅੱਖਾਂ, ਫੇਰ ਲੈਣੀਆਂ ਮੁਹਾਵਰੇ ਲਈ ਕਿਹੜਾ ਅਰਥ ਢੁਕਵਾਂ ਹੈ? ਅੱਖਾਂ ਫੇਰ ਲੈਣੀਆਂ, ਮਰ ਜਾਣਾ, ਜਾਗਦੇ ਰਹਿਣਾ, ਦੋਸਤੀ ਛੱਡ ਦੇਣੀ ਜਾਂ ਨਖਰੇ ਕਰਨਾ। ਇੱਥੇ ਕੀ ਆ ਜੀ ਅੱਖਾਂ ਫੇਰ ਲੈਣੀਆਂ ਤੋਂ ਭਾਵ ਦੋਸਤੀ ਛੱਡ ਦੇਣੀ, ਆਪਣਾ ਥਰਡ ਆਂਸਰ ਬਿਲਕੁਲ ਰਾਈਟ ਹੈ। ਅੱਗੇ ਹੈ ਜੀ ਪੰਜਾਬੀ ਭਾਸ਼ਾ ਦੇ ਕੁਝ ਸ਼ਬਦ ਜਿਵੇਂ ਵਿੱਚ, ਉੱਤੇ ਆਦਿ ਨੂੰ ਲਿਖਤੀ ਰੂਪ ਦਿੰਦੇ ਸਮੇਂ ਦਾ ਜਦੋਂ ਪਹਿਲਾ ਅੱਖਰ ਛੱਡ ਕੇ ਲਿਖਿਆ ਜਾਵੇ ਤਾਂ ਉਸ ਅੱਖਰ ਨੂੰ ਜਾਂ ਉਸ ਅੱਖਰ ਦੀ ਥਾਂ ਕਿਹੜਾ ਵਿਸ਼ਰਾਮ ਚਿੰਨ੍ਹ ਵਰਤਿਆ ਜਾਂਦਾ ਹੈ? ਜਦੋਂ ਆਪਾਂ ਪਹਿਲੇ ਅੱਖਰ ਨੂੰ ਛੱਡ ਕੇ ਕੁਛ ਪਾਉਂਦੇ ਹਾਂ ਤਾਂ ਉੱਥੇ ਆਪਾਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕਰਦੇ ਹਾਂ ਉਹ ਪੁੱਛਿਆ ਹੋਇਆ ਜੀ। ਛੋਟ ਮਰੋੜੀ, ਬ੍ਰੈਕਿਟ, ਡੈਸ਼ ਜਾਂ ਦੋ ਬਿੰਦੀ, ਇੱਥੇ ਆਪਾਂ ਕਿਹੜੀ ਕਰਦੇ ਹਾਂ ਜੀ? ਛੋਟ ਮਰੋੜੀ ਦੀ ਵਰਤੋਂ ਕਰਦੇ ਹਾਂ। ਜਿਵੇਂ ਆਪਾਂ ਵਿੱਚ ਨੂੰ ਕੀ ਲਿਖ ਦਿੰਦੇ ਹਾਂ, ਵਿੱਚ ਨੂੰ ਆਪਾਂ ਇੱਦਾਂ ਕਰਕੇ ਵੀ ਪਾ ਦਿੰਦੇ ਹਾਂ, ਠੀਕ ਹੈ ਜੀ। ਤੇ ਉੱਤੇ ਸ਼ਬਦ ਨੂੰ ਆਪਾਂ ਕਿਸ ਤਰ੍ਹਾਂ, ਛੋਟ ਮਰੋੜੀ ਦੀ ਉੱਤੇ, ਛੋਟ ਮਰੋੜੀ ਤੇ ਵੀ ਪਾ ਦਿੰਦੇ ਹਾਂ ਇੱਦਾਂ ਕਰਕੇ। ਛੋਟ ਮਰੋੜੀ ਇਹਨੂੰ ਕੀ ਕਹਿੰਦੇ ਆ ਜੀ? ਛੋਟ ਮਰੋੜੀ ਜਿੱਥੇ ਆਪਾਂ ਪਹਿਲਾ ਅੱਖਰ ਛੱਡ ਕੇ ਕੋਈ ਅੱਖਰ ਪਾਉਣਾ ਹੋਵੇ ਉਹਨੂੰ ਕੀ ਕਹਿੰਦੇ ਆ ਜੀ? ਛੋਟ ਮਰੋੜੀ ਕਹਿ ਦਿੰਦੇ ਆ, ਠੀਕ ਹੈ ਬੱਚੇ। ਇੱਥੇ ਆਪਣਾ ਫਸਟ ਜਿਹੜਾ ਉਹ ਬਿਲਕੁਲ ਸਹੀ ਸੀ, ਛੋਟ ਮਰੋੜੀ ਦੀ ਜਿਹੜੀ ਆਪਾਂ ਵਰਤੋਂ ਕਰਦੇ ਹਾਂ। ਅੱਗੇ ਹੈ ਜੀ ਆਹਾ ਕਿੰਨੀ ਸੁੰਦਰ ਤਸਵੀਰ ਹੈ, ਵਾਕ ਵਿੱਚ ਵਿਸਮਿਕ ਦੀ ਕਿਹੜੀ ਕਿਸਮ ਹੈ? ਵਿਸਮਿਕ ਦੀ ਕਿਸਮ ਦੱਸਣੀ ਆ ਬੱਚੇ, ਵਾਕ ਦੇ ਵਿੱਚ ਕਿਹੜੀ ਆ? ਸੰਬੋਧਨੀ ਵਿਸਮਿਕ ਹੈ, ਪ੍ਰਸ਼ੰਸਾ ਵਾਚਕ ਵਿਸਮਿਕ ਹੈ, ਇੱਛਾ ਵਾਚਕ ਵਿਸਮਿਕ ਹੈ ਜਾਂ ਫਿਟਕਾਰ ਵਾਚਕ ਵਿਸਮਿਕ ਹੈ? ਇਹ ਆਪਣੇ ਕੋਲੇ ਕੀ ਆ ਜੀ? ਪ੍ਰਸ਼ੰਸਾ ਵਾਚਕ, ਪ੍ਰਸ਼ੰਸਾ ਦੇ ਭਾਵ ਪ੍ਰਗਟ ਕਰਦਾ ਪਿਆ, ਇਹ ਆਪਣੇ ਕੋਲ ਕੀ ਆ ਜੀ? ਬਿਲਕੁਲ ਰਾਈਟ ਆਂਸਰ ਆ, ਪ੍ਰਸ਼ੰਸਾ ਵਾਚਕ ਵਿਸਮਿਕ ਹੈ। ਸੈਕਿੰਡ ਆਂਸਰ ਆਪਣਾ ਬਿਲਕੁਲ ਸਹੀ ਹੈ ਜੀ। ਇੱਛਾਵਾਚਕ ਵਿਸਮਿਕ ਦੇ ਵਿੱਚ ਕਿਸੇ ਵੀ ਇੱਛਾ ਨੂੰ ਪ੍ਰਗਟ ਕਰਨ ਦੇ ਲਈ ਆਪਾਂ ਜਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਉਹਨੂੰ ਕੀ ਕਹਿ ਦਿੰਦੇ ਆ ਜੀ? ਇੱਛਾਵਾਚਕ ਵਿਸਮਿਕ ਕਹਿ ਦਿੰਦੇ ਆ। ਜਿਵੇਂ ਆਪਾਂ ਲਿਖਦੇ ਨੇ ਕਾਸ਼, ਕਾਸ਼ ਮੈਂ ਪੜ੍ਹਿਆ ਹੁੰਦਾ ਤਾਂ ਮੈਂ ਪਾਸ ਹੋ ਜਾਂਦਾ, ਹੈ ਨਾ, ਇਹ ਆਪਣੇ ਕੋਲ ਕੀ ਹੈ ਜੀ? ਇੱਛਾਵਾਚਕ ਵਿਸਮਿਕ ਹੈ। ਅੱਗੇ ਚੱਲਦੇ ਆ ਜੀ ਅੰਨਾ ਸ਼ਬਦ ਦਾ ਵਿਰੋਧੀ ਸ਼ਬਦ ਦੱਸਣਾ ਜੀ ਕਿਹੜਾ ਹੁੰਦਾ? ਖਾਣਾ, ਅਨਾੜੀ, ਸੁਜਾਖਾ, ਸਿਆਣਾ। ਤੇ ਇੱਥੇ ਆਪਣੇ ਕੋਲ ਕੀ ਆ ਜੀ? ਸੁਜਾਖਾ ਵਾ ਜਿਹੜਾ ਉਹ ਅੰਨੇ ਦਾ ਕੀ ਆ ਜੀ? ਵਿਰੋਧੀ ਸ਼ਬਦ ਹੈ। ਅੱਗੇ ਚੱਲਦੇ ਹਾਂ ਜੀ ਜੁਗਨੂੰ ਕਈ ਪੁਸਤਕਾਂ ਖਰੀਦ ਲਿਆਇਆ, ਲਕੀਰੇ ਸ਼ਬਦ ਦਾ ਦੀ ਜਿਹੜੀ ਉਹ ਤੁਸੀਂ ਬੱਚੇ ਕਿਸਮ ਦੱਸਣੀ ਹੈ ਕਿਹੜੀ ਹੁੰਦੀ ਹੈ? ਅਨਿਸ਼ਚਿਤ ਸੰਖਿਆ ਵਾਚਕ ਵਿਸ਼ੇਸ਼ਣ,
ਨਿਖੇੜਕ ਸੰਖਿਆਵਾਚਕ ਵਿਸ਼ੇਸ਼ਣ ਹੈ ਜਾਂ ਕਸਰੀ ਸੰਖਿਆਵਾਚਕ ਵਿਸ਼ੇਸ਼ਣ ਹੈ ਜਾਂ ਗੁਣਵਾਚਕ ਸੰਖਿਆਵਾਚਕ ਵਿਸ਼ੇਸ਼ਣ ਹੈ। ਇਹ ਆਪਣੇ ਕੋਲ ਕੀ ਹੈ ਜੀ, ਕਈ ਜਿਹੜਾ ਸ਼ਬਦ ਆ ਇਹ ਆਪਣੇ ਕੋਲ ਕੀ ਹੈ ਜੀ, ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਦੀ ਜਿਹੜੀ ਕਿਸਮ ਹੈਗੀ ਆ। ਫਸਟ ਆਂਸਰ ਬਿਲਕੁਲ ਆਪਣਾ ਸਹੀ ਆ। ਅਨਿਸ਼ਚਿਤ ਤੋਂ ਭਾਵ ਕੀ ਹੁੰਦਾ, ਜਿਹਦੇ ਵਿੱਚ ਬੱਚੇ ਆਪਾਂ ਨੂੰ ਪੂਰੀ ਦੀ ਪੂਰੀ ਗਿਣਤੀ ਆ ਜਿਹੜੀ ਉਹ ਨਹੀਂ ਦੱਸੀ ਜਾਂਦੀ ਗੀ, ਉਹਨੂੰ ਕੀ ਕਹਿ ਦਿੰਦੇ ਆ ਬੱਚੇ ਆਪਾਂ, ਅਨਿਸ਼ਚਿਤ ਸੰਖਿਆਵਾਚਕ ਜਿਹੜਾ ਵਿਸ਼ੇਸ਼ਣ ਕਹਿ ਦਿੰਦੇ ਆ। ਨਿਖੇੜਕ ਵਾਚਕ ਵਿਸ਼ੇਸ਼ਣ ਕੀ ਹੁੰਦਾ, ਜਿਹਦੇ ਵਿੱਚ ਨਿਖੇੜ ਨਿਖੇੜ ਕੇ ਜਿਹੜੀ ਸੰਖਿਆ ਦੱਸੀ ਜਾਂਦੀ ਹੈ, ਜਿਵੇਂ ਮੈਂ ਕਹਿ ਦਾਂ ਜੀ ਇੱਕ ਇੱਕ, ਠੀਕ ਹੈ ਜੀ, ਦੋ ਦੋ, ਇਹ ਆਪਣੇ ਕੋਲ ਕੀ ਹੈ ਜੀ, ਨਿਖੇੜਕ ਵਾਚਕ ਸੰਖਿਆਵਾਚਕ ਵਿਸ਼ੇਸ਼ਣ ਨੇ। ਤੇ ਕਸਰੀ ਸੰਖਿਆਵਾਚਕ ਵਿਸ਼ੇਸ਼ਣ ਕਿਹੜੇ ਹੁੰਦੇ ਆ, ਜਿਹਦੇ ਵਿੱਚ ਹਿੱਸਿਆਂ ਦੀ ਗਿਣਤੀ ਦੱਸੀ ਜਾਵੇ, ਜਿਵੇਂ ਮੈਂ ਕਹਿੰਦਾ 1/2 ਹਿੱਸਾ, ਠੀਕ ਹੈ ਜੀ, 3/4 ਹਿੱਸਾ, ਇਹ ਆਪਣੇ ਕੋਲ ਕੀ ਆ ਜੀ, ਕਸਰੀ ਸੰਖਿਆਵਾਚਕ ਵਿਸ਼ੇਸ਼ਣ ਦੇ ਵਿੱਚ ਆ ਜਾਏਗਾ। ਜਿਵੇਂ ਮੈਂ ਕਿਸੇ ਵੀ ਵਾਕ ਦੇ ਵਿੱਚ ਤੁਹਾਨੂੰ ਕਹਿਣਾ ਹੋਵੇ ਕਿ ਸਤਨਾਮ ਪੁਸਤਕਾਂ ਦੇ ਦੋ ਹਿੱਸੇ ਖਰੀਦ ਲਿਆਇਆ, ਇਹ ਆਪਣੇ ਕੋਲ ਕੀ ਆ ਜੀ, ਇੱਥੇ ਦੋ ਜਿਹੜੇ ਹਿੱਸੇ ਆ ਇਹ ਆਪਣੇ ਕੋਲ ਕਸਰੀ ਸੰਖਿਆਵਾਚਕ ਵਿਸ਼ੇਸ਼ਣ ਦੀ ਜਿਹੜੀ ਕਿਸਮ ਆ, ਠੀਕ ਹੈ ਜੀ। ਗੁਣਵਾਚਕ ਸੰਖਿਆਵਾਚਕ ਵਿਸ਼ੇਸ਼ਣ ਦੇ ਵਿੱਚ ਕੋਈ ਵੀ ਚੀਜ਼ ਆ ਜਿਹੜੀ ਉਹ ਕਿੰਨੇ ਗੁਣਾ ਵਾ, 2 ਗੁਣਾ ਵਾ, 3 ਗੁਣਾ ਵਾ, ਉਹਦੇ ਬਾਰੇ ਆਪਾਂ ਨੂੰ ਕੀ ਆ ਬੱਚੇ ਦੱਸਿਆ ਜਾਂਦਾ ਵਾ। ਇੱਥੇ ਆਪਾਂ ਨੂੰ ਪੁੱਛੇ ਗਏ ਸੀ ਕਈ ਪੁਸਤਕਾਂ, ਕਈ ਆਪਣੇ ਕੋਲ ਕੀ ਆ, ਪੂਰੀ ਦੀ ਪੂਰੀ ਜਿਹੜੀ ਗਿਣਤੀ ਉਹ ਨਹੀਂ ਦੱਸ ਰਹੇਗੇ, ਠੀਕ ਹੈ। ਜੇ ਦੱਸ ਰਹੇ ਹੁੰਦੇ ਫਿਰ ਆਪਣੇ ਕੋਲ ਸੰਖਿਆਵਾਚਕ ਵਿਸ਼ੇਸ਼ਣ ਆਉਣਾ ਸੀ, ਠੀਕ ਹੈ। ਇਹ ਨਹੀਂ ਦੱਸ ਰਹੀ ਤਾਂ ਇਹ ਕਿਹੜਾ ਜੀ ਆਪਣੇ ਕੋਲੇ, ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਦੀ ਕਿਸਮ ਆ। ਆਪਣਾ ਫਰਸਟ ਆਂਸਰ ਬਿਲਕੁਲ ਰਾਈਟ ਹੈ। ਅੱਗੇ ਚੱਲਦੇ ਹਾਂ ਜੀ। ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕਰਤਾ ਕਿਸੇ ਦੂਸਰੇ ਵਿਅਕਤੀ ਨੂੰ ਪ੍ਰੇਰਣਾ ਦੇ ਕੇ ਕਿਸੇ ਤੀਸਰੇ ਵਿਅਕਤੀ ਤੋਂ ਕਿਰਿਆ ਕਰਾਵੇ ਤਾਂ ਉਸ ਨੂੰ ਕਿਹੜੀ ਕਿਰਿਆ ਕਿਹਾ ਜਾਂਦਾ ਹੈ? ਸਧਾਰਨ ਕਿਰਿਆ ਕਿਹਾ ਜਾਂਦਾ ਹੈ, ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ, ਪੂਰਨ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਜਾਂ ਦੂਰੀ ਸਕਰਮਕ ਕਿਰਿਆ ਕਿਹਾ ਜਾਂਦਾ ਹੈ? ਆਪਣੇ ਕੋਲ ਕਿਹੜੀ ਕਿਰਿਆ ਕਿਹਾ ਜਾਂਦਾ ਜੀ? ਇਹਨੂੰ ਦੂਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਦੂਰੀ ਪ੍ਰੇਰਨਾਰਥਕ ਕਿਰਿਆ ਵਿੱਚ ਕੋਈ ਵੀ ਜਿਹੜਾ ਵਿਅਕਤੀ ਆ ਉਹ ਕਿਸੇ ਦੂਸਰੇ ਵਿਅਕਤੀ ਨੂੰ ਕਹਿ ਕੇ ਕਿਸੇ ਤੀਸਰੇ ਵਿਅਕਤੀ ਤੋਂ ਜਿਹੜੀ ਆ ਉਹ ਕਿਰਿਆ ਕਰਵਾਉਂਦਾ, ਬੱਚੇ ਉਹਨੂੰ ਕੀ ਕਹਿ ਦਿੰਦੇ ਆ ਜੀ, ਦੂਰੀ ਪ੍ਰੇਰਨਾਰਥਕ ਕਿਰਿਆ ਜਿਹੜੀ ਆ ਉਹ ਕਹਿ ਦਿੰਦੇ ਆ, ਠੀਕ ਹੈ। ਇੱਥੇ ਆਪਣੀ ਫੋਰਥ ਆਂਸਰ ਬਿਲਕੁਲ ਰਾਈਟ ਆ। ਪ੍ਰੇਰਨਾਰਥਕ ਕਿਰਿਆ ਫਿਰ ਕਿਹੜੀ ਹੋ ਗਈ? ਪ੍ਰੇਰਨਾਰਥਕ ਕਿਰਿਆ ਉਹ ਹੁੰਦੀ ਆ ਜੀ ਜਿਹੜੀ ਕਿਸੇ ਦੂਸਰੇ ਵਿਅਕਤੀ ਤੋਂ ਕਰਵਾਈ ਜਾਂਦੀ ਆ, ਉਹਨੂੰ ਕਹਿ ਦਿੰਦੇ ਆ ਜੀ ਪ੍ਰੇਰਨਾਰਥਕ ਕਿਰਿਆ, ਠੀਕ ਹੈ ਜੀ। ਸਧਾਰਨ ਕਿਰਿਆ ਜਿਹੜੀ ਵਿਅਕਤੀ ਕੀ ਆ ਜੀ ਆਪ ਕਰਦਾ ਵਾ, ਉਹਨੂੰ ਕੀ ਕਹਿ ਦਿੰਦੇ ਆ? ਸਧਾਰਨ ਕਿਰਿਆ। ਜਿਵੇਂ ਮੈਂ ਕਹਿੰਦਾ ਜੀ ਮੈਂ ਚਿੱਠੀ ਲਿਖੀ, ਇਹ ਆਪਣੇ ਕੋਲ ਕੀ ਆ ਜੀ ਸਧਾਰਨ ਕਿਰਿਆ, ਠੀਕ ਹੈ। ਫਿਰ ਪ੍ਰੇਰਨਾਰਥਕ ਕਿਰਿਆ ਕਿਹੜੀ ਹੋ ਗਈ? ਜਿਹੜੀ ਕਿਸੇ ਦੂਸਰੇ ਵਿਅਕਤੀ ਤੋਂ ਕਰਾਈ ਜਾਵੇ। ਮੈਂ ਚਿੱਠੀ ਸ਼ਾਮ ਤੋਂ ਲਿਖਵਾਈ, ਠੀਕ ਹੈ। ਇਹ ਆਪਣੇ ਕੋਲ ਕੀ ਸੀ ਜੀ ਪ੍ਰੇਰਨਾਰਥਕ ਕਿਰਿਆ। ਤੇ ਦੂਰੀ ਪ੍ਰੇਰਨਾਰਥਕ ਦੇ ਵਿੱਚ ਕੀ ਹੈ ਜੀ, ਜਿਹੜੀ ਕਿਰਿਆ ਤੋਂ ਪਤਾ ਲੱਗਦਾ ਕਿ ਕਰਤਾ ਕਿਸੇ ਦੂਸਰੇ ਤੋਂ ਪ੍ਰੇਰਣਾ ਦੇ ਕੇ ਕਿਸੇ ਤੀਸਰੇ ਵਿਅਕਤੀ ਤੋਂ ਕੀ ਹੈ ਜੀ ਕਿਰਿਆ ਕਰਵਾਉਂਦਾ ਵਾ, ਉਹਨੂੰ ਕਹਿ ਦਿੰਦੇ ਆ ਜੀ ਦੂਰੀ ਪ੍ਰੇਰਨਾਰਥਕ ਕਿਰਿਆ ਜਿਹੜੀ ਆ ਉਹ ਕਹਿ ਦਿੰਦੇ ਆ। ਜਿਵੇਂ ਮੈਂ ਵਾਕ ਦੇ ਵਿੱਚ ਕਹਿ ਦਵਾਂ ਕਿ ਰਾਮ ਨੇ ਮਦਾਰੀ ਨੂੰ ਕਿਹਾ ਕਿ ਬਾਂਦਰ
ਨੂੰ ਨਚਾਵੇ। ਰਾਮ ਨੇ ਕਿਹਨੂੰ ਕਿਹਾ ਜੀ, ਮਦਾਰੀ ਨੂੰ, ਤੇ ਮਦਾਰੀ ਅੱਗੇ ਕਿਹਨੂੰ ਨਚਾਉਂਦਾ ਜੀ, ਬਾਂਦਰ ਨੂੰ ਨਚਾਉਂਦਾ ਵਾ, ਕਹਿੰਦਾ ਭਾਵ ਕਿਸੇ ਤੀਸਰੇ ਵਿਅਕਤੀ ਤੋਂ ਜਿਹੜੀ ਆ ਉਹ ਕਿਰਿਆ ਬੱਚੇ ਕਰਵਾਈ ਜਾ ਰਹੀ ਆ, ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ, ਦੂਰੀ ਪ੍ਰੇਰਨਾਰਥਕ ਕਿਰਿਆ ਜਿਹੜੀ ਆ ਉਹ ਕਹਿ ਦਿੰਦੇ ਹਾਂ। ਠੀਕ ਹੈ, ਅੱਗੇ ਚੱਲਦੇ ਹਾਂ ਜੀ। ਮਾਂ ਪੁੱਤਰ ਲਈ ਫੁੱਲ ਤੋੜ ਰਹੀ ਹੈ, ਕਾਰਕ ਦੀ ਕਿਸਮ ਦੱਸਣੀ ਹੈ ਬੱਚੇ ਇੱਥੇ ਕਿਹੜੀ ਆ, ਕਰਮ ਕਾਰਕ ਹੈ, ਕਰਨ ਕਾਰਕ ਹੈ, ਅਪਾਦਾਨ ਕਾਰਕ ਹੈ ਜਾਂ ਅਧਿਕਰਨ ਕਾਰਕ ਹੈ। ਇਹ ਆਪਣੇ ਕੋਲ ਕੀ ਹੈ ਜੀ, ਅਪਾਦਾਨ ਕਾਰਕ ਦੀ ਕਿਸਮ ਆ। ਜਦੋਂ ਵੀ ਕਿਸੇ ਦੇ ਲਈ ਜੇ ਕਿਸੇ ਵੀ ਚੀਜ਼ ਨੂੰ ਕੀ ਹੈ ਜੀ ਵੱਖ ਕਰਨਾ ਹੋਵੇ, ਉੱਥੇ ਜਿਹੜਾ ਕੀ ਹੁੰਦਾ ਆਪਣੇ ਕੋਲੇ ਅਪਾਦਾਨ ਕਾਰਕ ਹੁੰਦਾ ਵਾ। ਮਾਂ ਪੁੱਤਰ ਲਈ ਕੀ ਹੈ ਜੀ, ਫੁੱਲ ਤੋੜ ਰਹੀ ਹੈ। ਠੀਕ ਹੈ ਜੀ, ਵਿਜੇ ਘਰੋਂ ਆਇਆ ਹੈ, ਕਿੱਥੋਂ ਆਇਆ ਜੀ, ਘਰੋਂ ਆਇਆ ਹੈ, ਕਹਿੰਦਾ ਭਾਵ ਜਿੱਥੇ ਦੋ ਚੀਜ਼ਾਂ ਨੂੰ ਕੀ ਹੈ ਜੀ ਵੱਖ ਕੀਤਾ ਜਾਵੇ, ਉੱਥੇ ਆਪਾਂ ਕਿਹੜੇ ਕਾਰਕ ਦੀ ਵਰਤੋਂ ਕਰਦੇ ਹਾਂ ਜੀ, ਅਪਾਦਾਨ ਕਾਰਕ ਦੀ ਜਿਹੜੀ ਵਰਤੋਂ ਕਰਦੇ ਹਾਂ। ਇੱਥੇ ਆਪਣਾ ਥਰਡ ਆਂਸਰ ਬਿਲਕੁਲ ਰਾਈਟ ਆਂਸਰ ਆ। ਅੱਗੇ ਹੈ ਜੀ, ਖੁਸ਼ੀ ਸ਼ਬਦ ਦਾ ਸਮਾਨਾਰਥਕ ਚੁਣੋ, ਵੱਖਰਾ, ਅਜੀਬ, ਪ੍ਰਸੰਨਤਾ ਜਾਂ ਤਿੰਨ। ਆਪਣੇ ਕੋਲੇ ਕੀ ਹੈ ਜੀ, ਪ੍ਰਸੰਨਤਾ ਜਿਹੜੀ ਆਪਣੇ ਕੋਲੇ ਬਿਲਕੁਲ ਰਾਈਟ ਆਂਸਰ ਆ, ਖੁਸ਼ੀ ਦਾ ਜਿਹੜਾ ਸਮਾਨਾਰਥੀ ਹੈ। ਅੱਗੇ ਹੈ ਜੀ, ਤਿਆਰੀ ਕਰਨੀ, ਸਹੀ ਦੱਸਣਾ ਜੀ ਕਿਹੜਾ, ਕੰਨ ਭਰਨੇ, ਕਿਨਾਰਾ ਕਰਨਾ, ਕਮਰ ਕੱਸਣੀ, ਪੌੜੀ ਵੀਲ ਵਾਂਗ ਵਧਣਾ। ਇੱਥੇ ਆਪਣੇ ਕੋਲੇ ਕੀ ਹੈ ਜੀ, ਕਮਰ ਕੱਸਣੀ ਹੈ ਜੀ, ਤਿਆਰੀ ਕਰਨ ਦਾ ਸਹੀ ਜਿਹੜਾ ਮੁਹਾਵਰਾ ਹੈਗਾ ਵਾ। ਅੱਗੇ ਹੈ ਜੀ, ਖੁੰਭ ਠੱਪਣੀ, ਹੱਤਿਆ ਕਰਨੀ, ਜ਼ਹਿਰ ਕੱਢਣਾ, ਮਾਰ ਦੇਣਾ ਜਾਂ ਆਕੜ ਭੰਨਣੀ। ਆਕੜ ਭੰਨਣੀ ਕੀ ਹੈ ਜੀ ਆਪਣੇ ਕੋਲੇ, ਇਹਦਾ ਰਾਈਟ ਆਂਸਰ ਆ ਖੁੰਭ ਠੱਪਣੀ ਦਾ। ਅੱਗੇ ਹੈ ਜੀ, ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ ਦੀ ਚੋਣ ਕਰਨੀ ਆ, ਰਾਈਟ ਜਿਹੜੇ ਆ ਸਪੈਲਿੰਗ ਦੱਸਣੇ ਆ ਬੱਚੇ, ਤੁਸੀਂ ਕਿਹੜੇ ਹੈਗੇ ਨੇ, ਵਿਸਾਖੀ ਦੇ, ਵਿਸਾਖੀ, 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 ਵਿਸਾਖੀ। ਆਪਣੇ ਕੋਲ ਕੀ ਹੈ ਜੀ, ਆਹ ਸਾਰੇ ਬੱਚਿਆਂ ਨੂੰ ਵੀ ਪਤਾ ਹੋਊਗਾ ਇਹਦਾ ਆਂਸਰ, ਜਿਹੜਾ ਆਪਣੇ ਵਿਸਾਖੀ ਦੇ ਸਹੀ ਸਪੈਲਿੰਗ ਕਿਹੜੇ ਨੇ, ਵਿਸਾਖੀ। ਅੱਗੇ ਹੈ ਜੀ, ਓਪਰੇ ਦਾ ਸਮਾਨਾਰਥਕ ਸ਼ਬਦ ਹੈ, ਬੇਗਾਨਾ, ਉਪਰਾਲਾ, ਭਲਾਈ, ਪਰੇਸ਼ਾਨ। ਆਪਣੇ ਕੋਲ ਕੀ ਹੈ ਜੀ, ਬੇਗਾਨਾ ਵਾ ਜਿਹੜਾ ਉਹ ਓਪਰੇ ਦਾ ਸਹੀ ਸਮਾਨਾਰਥਕ ਸ਼ਬਦ ਹੈ। ਅੱਗੇ ਹੈ ਜੀ, ਸੁਖਮ ਦਾ ਸਮਾਨਾਰਥਕ ਸ਼ਬਦ ਹੈ, ਨਾਜ਼ੁਕ, ਸਥੂਲ, ਕੋਮਲ, ਕੋਲ। ਸੁਖਮ ਦਾ ਸਮਾਨਾਰਥਕ ਦੱਸਣਾ ਜੀ ਕਿਹੜਾ ਵਾ, ਕੋਲ। ਆਪਣੇ ਕੋਲੇ ਕੀ ਹੈ ਜੀ, ਸਮਾਨਾਰਥਕ ਸ਼ਬਦ, ਸੋਰੀ, ਨਾਜ਼ੁਕ ਆ ਜਿਹੜਾ ਆਪਣੇ ਕੋਲੇ ਕੀ ਹੈ ਜੀ, ਸਹੀ ਆਪਣੇ ਕੋਲ ਊੜਾ ਜਿਹੜਾ ਆਂਸਰ ਉਹ ਬਿਲਕੁਲ ਰਾਈਟ ਹੈ, ਸੁਖਮ ਦਾ ਕੀ ਹੈ ਜੀ ਆਪਣੇ ਕੋਲੇ ਸਮਾਨਾਰਥਕ ਹੈਗਾ। ਠੀਕ ਹੈ ਬੱਚੇ, ਅੱਗੇ ਹੈ ਜੀ, ਅਨਾਥ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ, ਅਨਾਥ ਵਿੱਚ ਦੱਸਣਾ ਬੱਚੇ ਕਿਹੜਾ ਅਗੇਤਰ ਵਰਤਿਆ ਗਿਆ ਵਾ, ਐਨ, ਕੱਲਾ ਆੜਾ ਜਾਂ ਆਨ, ਅੰਨਾ ਜਾਂ ਅੰਨ, ਕਿਹੜਾ ਆਪਣੇ ਕੋਲੇ ਸਹੀ ਹੈ ਜੀ, ਕੱਲਾ ਆੜਾ ਵਾ ਜਿਹੜਾ ਉਹ ਬੱਚੇ ਆਪਣੇ ਕੋਲੇ ਰਾਈਟ ਆ। ਠੀਕ ਹੈ, ਅਨਾਥ। ਜੇ ਇਹਨੂੰ ਹੋਰ ਵੀ ਸ਼ਾਰਟ ਵਿੱਚ ਜੇ ਤੁਹਾਨੂੰ ਅਗੇਤਰ ਪਿਛੇਤਰ ਨਹੀਂ ਸਮਝ ਆ ਰਹੇ ਨਾ ਬੱਚੇ ਵੀ ਕਿਵੇਂ ਯਾਦ ਕਰੀਏ ਜਾਂ ਨਹੀਂ ਪਹਿਚਾਣ ਪਤਾ ਲੱਗ ਰਹੀ, ਤੁਸੀਂ ਇੱਕ ਚੀਜ਼ ਦੇਖਣੀ ਆ ਵੀ ਪਹਿਲਾ ਅੱਖਰ ਛੱਡ ਕੇ ਜੇ ਆਪਣੇ ਕੋਲੇ ਅਗੇਤਰ ਵਰਤਣਾ ਹੋਵੇ ਤਾਂ ਪਹਿਲੇ ਅੱਖਰ ਨੂੰ ਛੱਡ ਕੇ ਪਿਛਲਾ ਅੱਖਰ ਦੇਖਣਾ ਵੀ ਜਿਹੜਾ ਪਿਛਲਾ ਅੱਖਰ ਹੋਊਗਾ ਉਹਦਾ ਕੋਈ ਸੰਪੂਰਨ ਮਤਲਬ ਨਿਕਲਦਾ ਹੋਗਾ। ਜਿਵੇਂ ਇੱਥੇ ਨਾਥ ਸ਼ਬਦ ਆ ਰਿਹਾ, ਠੀਕ ਹੈ, ਜਿਵੇਂ ਹੁਣ ਮੈਂ ਕਹਿ ਦਾ ਜੀ ਬੇ ਅਕਲ, ਇੱਥੇ ਜੇ ਤੁਸੀਂ ਕੋਈ ਵੀ ਅਗੇਤਰ ਦੇਖਣਾ ਵੀ ਕਿਹੜਾ ਵਾ ਤਾਂ ਮੈਂ ਬੇ ਨੂੰ ਅੱਡ ਕਰਕੇ ਪਿਛਲਾ ਸ਼ਬਦ ਦੇਖੂੰਗੀ, ਜੇ ਉਹਦਾ ਕੋਈ ਸੰਪੂਰਨ ਮਤਲਬ ਸੰਪੂਰਨ ਵਰਡ ਬਣ ਰਿਹਾ, ਜਿਵੇਂ ਇੱਥੇ ਅਕਲ ਆ ਜਿਹੜਾ ਉਹ ਆਪਾਂ ਨੂੰ
ਇੱਕ ਸੰਪੂਰਨ ਵਰਡ ਮਿਲ ਰਿਹਾ ਵਾ, ਤਾਂ ਇਹਦਾ ਮਤਲਬ ਕੱਲਾ ਬੇ ਜਿਹੜਾ ਵਾ ਉਹ ਕੀ ਹੋਊਗਾ ਆਪਣੇ ਕੋਲੇ ਅਗੇਤਰ ਹੋਊਗਾ। ਇਸ ਤਰੀਕੇ ਨਾਲ ਤੁਸੀਂ ਕੀ ਆ ਅਗੇਤਰ ਜਾਂ ਪਿਛੇਤਰ ਦੀ ਬੱਚੇ ਪਹਿਚਾਣ ਕਰ ਸਕਦੇ ਹੋ। ਪਿਛੇਤਰ ਵਿੱਚ ਪਿਛਲੇ ਅੱਖਰ ਨੂੰ ਛੱਡ ਦੇਣਾ ਵਾ, ਤੇ ਅਗੇਤਰ ਵਿੱਚ ਕੀ ਆ ਜੀ ਅਗਲੇ ਅੱਖਰ ਨੂੰ ਛੱਡ ਕੇ ਤੁਸੀਂ ਪਿਛਲਾ ਅੱਖਰ ਵੇਖਣਾ ਵੀ ਆਪਣੇ ਜਿਹੜਾ ਉਹ ਸੰਪੂਰਨ ਮਤਲਬ ਜਿਹੜਾ ਨਿਕਲਦਾ ਪਿਆ ਜਾਂ ਨਹੀਂ ਨਿਕਲਦਾ ਪਿਆ। ਠੀਕ ਹੈ ਬੱਚੇ, ਅੱਗੇ ਹੈ ਜੀ ਅਨਪੜ੍ਹ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ, ਕੱਲੇ ਆੜੇ ਦੀ ਜਾਂ ਕੇ ਐਨ ਅਨ ਜਾਂ ਅਨ। ਇੱਥੇ ਕੀ ਆ ਜੀ ਅਨਪੜ੍ਹ ਦੀ ਆਪਣੇ ਕੋਲ ਕੀ ਆ ਸਹੀ ਆ ਜਿਹੜਾ ਉਹ ਅਨ ਸ਼ਬਦ ਆ ਜਿਹੜਾ ਇਹ ਅਗੇਤਰ ਹੈਗਾ। ਅੱਗੇ ਹੈ ਜੀ ਕਾਨੂੰਨ ਅਤੇ ਸਰਕਾਰ ਦੀ ਪਰਵਾਹ ਨਾ ਕਰਨ ਵਾਲਾ, ਦੱਸੋ ਬੱਚੇ ਕੀ ਹੁੰਦਾ ਬਾਗੀ ਹੁੰਦਾ, ਦੋਹੀ ਹੁੰਦਾ, ਅਪਰਾਧੀ ਹੁੰਦਾ ਜਾਂ ਦਾਗੀ ਹੁੰਦਾ। ਇਹ ਆਪਣੇ ਕੋਲ ਕੀ ਹੁੰਦਾ ਜੀ ਅਪਰਾਧੀ ਜਿਹੜਾ ਉਹ ਹੁੰਦਾ। ਥਰਡ ਆਂਸਰ ਬਿਲਕੁਲ ਰਾਈਟ ਹੈ। ਅੱਗੇ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਅਸ਼ੁੱਧ ਹੈ, ਜ਼ਿੰਦਗੀ, ਆਦਰਸ਼ਵਾਦੀ, ਲਹਿਰ, ਵਹਿਮ। ਦੱਸਣਾ ਜੀ ਬੱਚੇ ਕਿਹੜਾ ਸ਼ਬਦ ਹੈ ਜਿਹੜਾ ਉਹ ਅਸ਼ੁੱਧ ਹੈ, ਅਸ਼ੁੱਧ ਹੈ। ਇਹ ਆਪਣੇ ਕੋਲੇ ਵਹਿਮ ਆ ਜਿਹੜਾ ਸ਼ਬਦ ਬੱਚੇ ਉਹ ਆਪਣੇ ਕੋਲੇ ਅਸ਼ੁੱਧ ਆ, ਸਹੀ ਨਹੀਂ ਵਰਤਿਆ ਗਿਆ ਵਾ। ਠੀਕ ਹੈ ਬਾਕੀ ਸਹੀ ਆ, ਇੱਥੇ ਆਪਣੇ ਕੋਲੇ ਸੱਸਾ ਆਂਸਰ ਆ ਜਿਹੜਾ ਉਹ ਬਿਲਕੁਲ ਰਾਈਟ ਆ। ਅੱਗੇ ਚੱਲਦੇ ਆ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਅਸ਼ੁੱਧ ਹੈ, ਪ੍ਰਕਾਸ਼ਮਾਨ, ਸ਼ੈਲੀ, ਵਿਸ਼ੇਸ਼ ਜਾਂ ਸ਼ਰਧਾ ਪੂਰਨ। ਇਹ ਆਪਣੇ ਕੋਲੇ ਸਾਰੇ ਦੇ ਸਾਰੇ ਜਿਹੜੇ ਬੱਚੇ ਸਹੀ ਹੈਗੇ ਨੇ। ਠੀਕ ਹੈ ਕੋਈ ਵੀ ਜਿਹੜਾ ਪ੍ਰਕਾਸ਼ਮਾਨ ਸਾਰੇ ਆਪਣੇ ਕੋਲੇ ਇਹ ਆਲ ਆਫ ਦੀਜ਼ ਨੇ ਰਾਈਟ ਨੇ। ਓਕੇ ਬੱਚੇ ਸਾਰੇ ਦੇ ਸਾਰੇ ਸਹੀ ਨੇ। ਅੱਗੇ ਚੱਲਦੇ ਹਾਂ ਜੀ ਪੰਕਜ ਹੇਠ ਲਿਖੇ ਵਾਕ ਵਿੱਚ ਸੰਬੰਧ ਮਾਨ ਚੁਣੋ, ਪੰਕਜ ਨੇ ਸ਼ਰਾਬ ਪੀਤੀ। ਦੱਸੋ ਬੱਚੇ ਇਹਦੇ ਚ ਸੰਬੰਧ ਮਾਨ ਚੁਣਨਾ ਵਾ, ਪੰਕਜ ਸ਼ਰਾਬ ਨੇ ਪੀਤੀ। ਦੱਸੋ ਇਹਦੇ ਚੋਂ ਕਿਹੜਾ ਜਿਹੜਾ ਉਹ ਆਂਸਰ ਆ ਜਿਹੜਾ ਉਹ ਸਹੀ ਆ। ਦੇਖੋ ਬੱਚੇ ਆਪਣੇ ਕੋਲੇ ਨੇ ਆ ਜਿਹੜਾ ਉਹ ਆਪਣੇ ਕੋਲੇ ਸੰਬੰਧਕ ਆ। ਠੀਕ ਹੈ ਤੇ ਆਪਣੇ ਕੋਲੇ ਜਿਹੜਾ ਨੇ ਸੰਬੰਧਕ ਤੋਂ ਅਗਲਾ ਜਿਹੜਾ ਹੁੰਦਾ ਨਾ ਉਹ ਹੁੰਦਾ ਬੱਚੇ ਸੰਬੰਧੀ, ਉਹਨੂੰ ਕੀ ਕਹਿ ਦਿੰਦੇ ਆ ਜੀ ਸੰਬੰਧੀ। ਤੇ ਜਿਹੜਾ ਸੰਬੰਧਕ ਤੋਂ ਪਿਛਲਾ ਅੱਖਰ ਹੁੰਦਾ ਉਹ ਆਪਣੇ ਕੋਲੇ ਹੁੰਦਾ ਜੀ ਸੰਬੰਧ ਮਾਨ ਹੁੰਦਾ ਵਾ। ਠੀਕ ਹੈ ਬੱਚੇ ਉਹਨੂੰ ਕੀ ਕਹਿ ਦਿੰਦੇ ਆ ਸੰਬੰਧ ਮਾਨ। ਤੇ ਇੱਥੇ ਆਪਣੇ ਕੋਲੇ ਸ਼ਰਾਬ ਆ ਜਿਹੜਾ ਉਹ ਰਾਈਟ ਆਂਸਰ ਹੈਗਾ ਆਪਣੇ ਕੋਲੇ, ਇਹ ਹੈਗਾ ਜੀ ਆਪਣਾ ਸੰਬੰਧ ਮਾਨ। ਅੱਗੇ ਹੈ ਜੀ ਬਦੋ ਬਦੀ ਕਿਸੇ ਦੇ ਮਸਲੇ ਵਿੱਚ ਦਖਲ ਦੇਣ ਤੇ ਕਿਹੜੀ ਅਖਾਣ ਵਰਤੀ ਜਾਂਦੀ ਹੈ, ਬਦੋ ਬਦੀ ਕਿਸੇ ਵੀ ਮਾਮਲੇ ਵਿੱਚ ਜਦੋਂ ਆਪਾਂ ਦਖਲ ਦਿੰਦੇ ਹਾਂ ਬੱਚੇ ਉੱਥੇ ਦੱਸਣਾ ਕਿਹੜੀ ਅਖਾਣ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਸੋ ਚਾਚਾ ਤੇ ਇੱਕ ਪਿਓ, ਸੋ ਦਾਰੂ ਤੇ ਇੱਕ ਘਿਓ। ਦੂਸਰਾ ਹੈ ਜੀ ਸੱਜਣ ਦੇਵੇ ਤੇ ਨਿਹਾਲ ਨਹੀਂ ਲੈਣੀ ਚਾਹੀਦੀ, ਸੱਦੀ ਨਾ ਬੁਲਾਈ ਤੇ ਮੈਂ ਲਾੜੇ ਦੀ ਤਾਈ। ਸੌਂਪ ਦਾ ਡੰਗਿਆ ਰੱਸੀ ਤੋਂ ਡਰਦਾ ਹੈ। ਇੱਥੇ ਆਪਣੇ ਕੋਲੇ ਕੀ ਆ ਜੀ ਇਹ ਸਾਰੇ ਬੱਚਿਆਂ ਨੂੰ ਪਤਾ ਹੋਏਗਾ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਆਮ ਆਪਾਂ ਘਰਾਂ ਦੇ ਵਿੱਚ ਵੀ ਇਹ ਜਿਹੜੀ ਅਖਾਣ ਦੀ ਉਹ ਬੱਚੇ ਵਰਤੋਂ ਕਰ ਲੈਂਦੇ ਆ। ਠੀਕ ਹੈ ਜੀ ਇੱਥੇ ਆਪਣਾ ਥਰਡ ਆਂਸਰ ਬਿਲਕੁਲ ਰਾਈਟ ਆ। ਅੱਗੇ ਹੈ ਜੀ ਕੱਕਾ ਖੱਖਾ ਗੱਗਾ ਘੱਗਾ ਨਈਆ ਨੂੰ ਵਰਣਮਾਲਾ ਅਨੁਸਾਰ ਕਿਹੜੀ ਟੋਲੀ ਵਿੱਚ ਕਿਹਾ ਜਾਂਦਾ ਹੈ, ਮੁੱਖ ਟੋਲੀ, ਅੰਤਿਮ ਟੋਲੀ, ਵਰਗ ਟੋਲੀ ਜਾਂ ਨਵੀਨ ਟੋਲੀ। ਇਹ ਆਪਣੇ ਕੋਲ ਕੀ ਹੈ ਜੀ ਕੱਕਾ ਵਰਗ ਆਪਾਂ ਇਹਨੂੰ ਕਹਿ ਦਿੰਦੇ ਹਾਂ। ਠੀਕ ਹੈ ਜੀ
ਮੁੱਖ ਵਰਗ ਕਿਹੜਾ ਹੁੰਦਾ ਜੀ? ਆਪਣੇ ਕੋਲ ਊੜਾ ਆੜਾ ਈੜੀ ਵਾਲੇ ਨੂੰ ਆਪਾਂ ਮੁੱਖ ਵਰਗ ਕਹਿ ਦਿੰਦੇ ਹਾਂ, ਠੀਕ ਹੈ? ਇੱਥੇ ਆਪਣਾ ਥਰਡ ਆਂਸਰ ਬਿਲਕੁਲ ਰਾਈਟ ਆ। ਅੱਗੇ ਚੱਲਦੇ ਹਾਂ ਜੀ, ਪੰਜਾਬੀ ਭਾਸ਼ਾ ਵਿੱਚ ਆੜਾ ਕੀ ਹੈ? ਦੱਸੋ ਬੱਚੇ, ਵਿਅੰਜਨ ਹੈ, ਸਵਰ ਹੈ, ਅਖੰਡੀ ਹੈ, ਕੁਝ ਨਹੀਂ। ਇਹ ਆਪਣੇ ਕੋਲ ਕੀ ਹੈ ਜੀ? ਸਵਰ ਹੈਗਾ ਵਾ, ਇਹ ਆਪਾਂ ਪਹਿਲਾਂ ਵੀ ਕਰ ਰੱਖਿਆ। ਊੜੇ ਊੜਾ ਆੜਾ ਤੇ ਈੜੀ ਆਪਣੇ ਕੋਲ ਕੀ ਨੇ ਜੀ? ਤਿੰਨ ਇਹ ਸਵਰ ਨੇ। ਅੱਗੇ ਹੈ ਜੀ, ਜਿਸ ਇੱਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ, ਉਸ ਦਾ ਬਹੁਵਚਨ ਬਣਾਉਣ ਸਮੇਂ ਕਿਹੜੀ ਲਗ ਲੱਗਦੀ ਹੈ? ਜਦੋਂ ਆਪਾਂ ਕਿਸੇ ਵੀ ਲਿੰਗ ਨੂੰ ਜਦੋਂ ਆਪਾਂ ਬਹੁਵਚਨ ਬਣਾਉਂਦੇ ਹਾਂ, ਉਹਨੂੰ ਕੀ ਆਪਾਂ ਕੰਨੇ ਦੇ ਨਾਲ ਕਈ ਵਾਰੀ ਉੱਪਰ ਬਿੰਦੀ ਲਾ ਦਿੰਦੇ ਹਾਂ ਨਾ, ਉਹੀ ਪੁੱਛਿਆ ਜੀ, ਕਿਹੜੀ ਲਗ ਆ ਜਿਹੜੀ ਲੱਗਦੀ ਆ? ਬਿੰਦੀ ਲੱਗਦੀ ਆ, ਸਿਹਾਰੀ ਲੱਗਦੀ ਆ, ਜਾਂ ਫਿਰ ਕੰਨੇ ਦੇ ਉੱਤੇ ਬਿੰਦੀ ਲੱਗਦੀ ਆ? ਇਹ ਆਪਣੇ ਕੋਲ ਕੀ ਆ ਜੀ? ਲੱਲੇ ਦੇ ਕੰਨਾਂ ਉੱਪਰ ਬਿੰਦੀ ਆ ਜਿਹੜੀ, ਉਹ ਲੱਗਦੀ ਆ। ਇੱਥੇ ਆਪਣਾ ਫਰਸਟ ਆਂਸਰ ਆ ਜਿਹੜਾ ਉਹ ਬਿਲਕੁਲ ਸਹੀ ਆ। ਅੱਗੇ ਹੈ ਜੀ, ਉਹ ਅੱਖਰ, ਇੱਕ ਮਿੰਟ ਬੱਚੇ, ਜਸਟ ਵੇਟ। ਸੋਰੀ, ਥੋੜਾ ਟਾਈਮ ਰੁਕਣ ਵਾਸਤੇ ਥੋੜਾ ਕੰਮ ਆ ਗਿਆ ਸੀ। ਹਾਂਜੀ, ਸ਼ੁਰੂ ਕਰਦੇ ਹਾਂ ਜੀ। ਕਿੱਥੇ ਆ ਗਏ ਸੀ ਆਪਾਂ? ਉਹ ਅੱਖਰ ਜਿਹੜੇ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਨਵਾਂ ਅਰਥ ਭਾਵੀ ਸ਼ਬਦ ਬਣਾਉਂਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ? ਦੱਸੋ ਜੀ, ਕੀ ਕਹਿੰਦੇ ਆ? ਜਿਹੜਾ ਅੱਗੇ ਲੱਗ ਕੇ, ਹੁਣੇ ਆਪਾਂ ਪਿੱਛੇ ਪੜ੍ਹ ਕੇ ਵੀ ਹਟਿਆ, ਸ਼ਬਦ ਬੋਧ, ਅਗੇਤਰ, ਪਿਛੇਤਰ ਜਾਂ ਕੋਈ ਨਹੀਂ। ਇਹ ਜਦੋਂ ਵੀ ਆਪਣੇ ਕੋਈ ਵੀ ਸ਼ਬਦ ਹੈ ਜਿਹੜਾ ਆਪਾਂ ਅੱਗੇ ਲਾ ਦਿੰਦੇ ਹਾਂ, ਜਿਵੇਂ ਹੁਣੇ ਆਪਾਂ ਅਨਾਥ ਸ਼ਬਦ ਪੜ੍ਹਿਆ ਸੀ, ਤੇ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ? ਅਗੇਤਰ ਜਿਹੜਾ ਉਹ ਕਹਿ ਦਿੰਦੇ ਹਾਂ, ਤੇ ਜਿਹੜਾ ਫਿਰ ਪਿੱਛੇ ਲੱਗਿਆ ਹੋਗਾ ਉਹਨੂੰ ਆਪਾਂ ਕੀ ਕਹਾਂਗੇ ਜੀ? ਪਿਛੇਤਰ। ਇੱਥੇ ਆਪਣਾ ਰਾਈਟ ਆਂਸਰ ਕੀ ਹੈ ਜੀ? ਬੀ ਆਪਸ਼ਨ ਆਪਣੀ ਬਿਲਕੁਲ ਸਹੀ ਆ। ਅੱਗੇ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਸ ਸ਼ਬਦ ਨਾਲ ਪਿਛੇਤਰ ਨਹੀਂ ਲੱਗਿਆ ਹੋਇਆ ਹੈ? ਜਿਹਦੇ ਪਿੱਛੇ ਪਿਛੇਤਰ ਨਹੀਂ ਲੱਗਿਆ ਉਹ ਦੱਸਣਾ ਵਾ। ਆਗਿਆਕਾਰ, ਕਲਾਕਾਰ, ਚਿੱਤਰਕਾਰ ਜਾਂ ਕਲਾਕਾਰ। ਆਗਿਆਕਾਰ ਦੇ ਪਿੱਛੇ ਵੀ ਆਪਣੇ ਕੋਲ ਕਾਰ ਪਿਛੇਤਰ ਲੱਗਿਆ ਹੋਇਆ, ਠੀਕ ਹੈ ਜੀ? ਕਲਾਕਾਰ ਦੇ ਵਿੱਚ ਵੀ ਪਿਛੇਤਰ ਹੈ, ਚਿੱਤਰਕਾਰ ਦੇ ਵਿੱਚ ਵੀ ਪਿਛੇਤਰ ਹੈ, ਤੇ ਕਾਰ ਸ਼ਬਦ ਦੇ ਪਿੱਛੇ ਬੱਚੇ ਕੀ ਆਪਣੇ ਕੋਲ ਕੋਈ ਵੀ ਪਿਛੇਤਰ ਨਹੀਂ ਹੈਗਾ। ਫੋਰਥ ਆਂਸਰ ਆਪਣਾ ਬਿਲਕੁਲ ਸਹੀ ਆ। ਅੱਗੇ ਹੈ ਜੀ, ਉਹ ਟਕਰਾਅ ਜਿਸ ਵਿੱਚ ਬਹੁਤਿਆਂ ਦਾ ਧਾਨ ਹੋ ਜਾਵੇ ਨੂੰ ਕੀ ਕਿਹਾ ਜਾਂਦਾ ਹੈ? ਬੋਲ ਬੁਲਾਰੀ, ਗਦਾਰੀ, ਘੱਲੂਘਾਰਾ, ਨਿੱਕੀ ਮੋਟੀ ਲੜਾਈ। ਇਹ ਕੀ ਆ ਜੀ ਆਪਣੇ ਕੋਲ? ਘੱਲੂਘਾਰਾ ਉੱਥੇ ਕਿਹਾ ਜਾਂਦਾ ਵਾ ਜਿੱਥੇ ਬਹੁਤਿਆਂ ਦਾ ਕੀ ਹੋ ਜਾਏ ਜੀ? ਧਾਨ ਹੋ ਜਾਏ। ਥਰਡ ਆਂਸਰ ਬਿਲਕੁਲ ਆਪਣਾ ਸਹੀ ਹੈ। ਅੱਗੇ ਹੈ ਜੀ, ਆਪਣਾ ਹੇਠ ਲਿਖਿਆਂ ਵਿੱਚੋਂ ਇਕਰਾਰ ਦਾ ਕਿਹੜਾ ਸਮਾਨਾਰਥਿਕ ਸ਼ਬਦ ਨਹੀਂ ਹੈ? ਕੋਲ, ਵਚਨ, ਪ੍ਰਣ ਜਾਂ ਕਰਨਾ। ਆਪਣੇ ਕੋਲ ਵੀ ਇਕਰਾਰ ਦਾ ਸਮਾਨਾਰਥਿਕ ਹੈ, ਵਚਨ ਵੀ ਆਪਾਂ ਇਕਰਾਰ ਕਹਿ ਦਿੰਦੇ ਹਾਂ, ਠੀਕ ਹੈ ਜੀ? ਪ੍ਰਣ ਨੂੰ ਵੀ ਇਕਰਾਰ ਕਹਿ ਦਿੰਦੇ ਹਾਂ, ਕਰਨਾ ਸ਼ਬਦ ਨੂੰ ਆਪਾਂ ਇਕਰਾਰ ਨਹੀਂ ਕਹਿੰਦੇ। ਇਹ ਆਪਣਾ ਕੀ ਹੈ ਜੀ? ਸਮਾਨਾਰਥਿਕ ਸ਼ਬਦ ਨਹੀਂ ਹੈਗਾ ਗਾ। ਫੋਰਥ ਆਂਸਰ ਬਿਲਕੁਲ ਆਪਣਾ ਰਾਈਟ ਆ। ਇਹ ਸੀ ਜੀ ਅੱਜ ਦੇ ਆਪਣੇ MCQs। ਸੋ ਮੈਨੂੰ ਇਹ ਉਮੀਦ ਆ ਕਿ ਤੁਹਾਨੂੰ ਇਹ ਸਾਰੇ ਪ੍ਰਸ਼ਨ ਜਿਹੜੇ ਉਹ ਹੈਲਪਫੁਲ ਹੋਣਗੇ ਤੁਹਾਡੇ ਐਗਜ਼ਾਮ ਦੇ ਵਿੱਚ। ਜਿਹੜੇ ਵੀ ਬੱਚੇ
ਆਫਲਾਈਨ ਕਲਾਸਿਸ ਲਗਾਉਣਾ ਚਾਹੁੰਦੇ ਨੇ ਫਰੀਦਕੋਟ ਵਿਖੇ, ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਆਫਲਾਈਨ ਕਲਾਸਿਸ ਦਿੱਤੀਆਂ ਜਾਂਦੀਆਂ ਨੇ, ਠੀਕ ਹੈ। ਜਿਹੜੇ ਵੀ ਬੱਚੇ ਆਫਲਾਈਨ ਬੈਚਸ ਲਗਾ ਕੇ ਆਪਣੀਆਂ ਕਲਾਸਾਂ ਨੂੰ ਅੱਗੇ ਕੰਟੀਨਿਊ ਕਰਨਾ ਚਾਹੁੰਦੇ ਨੇ ਬੱਚੇ, ਉਹ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਜੁੜ ਸਕਦੇ ਨੇ। ਆਫਲਾਈਨ ਕਲਾਸਿਸ ਦੇ ਵਿੱਚ ਤੁਹਾਨੂੰ ਕੰਪਲੀਟ ਮੈਥ ਰੀਜਨਿੰਗ, ਆਪਣੀ ਜਨਰਲ GK, ਕਰੰਟ ਅਫੇਅਰ ਤੇ ਪੰਜਾਬੀ A ਪੇਪਰ ਦੀ ਬੱਚੇ ਤਿਆਰੀ ਕਰਵਾਈ ਜਾਂਦੀ ਹੈ। ਸੋ ਜਿਹੜੇ ਵੀ ਬੱਚੇ ਚਾਹਵਾਨ ਨੇ ਆਫਲਾਈਨ ਕਲਾਸਿਸ ਲਗਾਉਣ ਦੇ, ਉਹ ਇਸ ਨੰਬਰ ਤੇ ਜਾ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਤੇ ਜੁੜ ਸਕਦੇ ਨੇ। ਕਲਾਸ ਵਧੀਆ ਲੱਗੀ ਬੱਚੇ, ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਬਹੁਤ ਬਹੁਤ ਧੰਨਵਾਦ ਬੱਚੇ ਤੁਹਾਡਾ ਇਸ ਕਲਾਸ ਦੇ ਵਿੱਚ ਜੁੜਨ ਦੇ ਲਈ।